when you got called club. माइक ले लो ਮਾਣਿਆ ਕੀ ਮਾਣੋ ਨਿਥਾਣਿਆ ਕੀ ਤਾਣੋ ਨਿਉਤਿਆ ਕੀ ਯੂਤ
ਸੱਚੇ ਸਤਿਗੁਰੂ ਜੀਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿਖੇ ਸੇਵਕਾਂ ਦੀਆਂ ਅਰਦਾਸਾਂ ਜੋੜੀਆਂ ਬੇਨਤੀਆਂ ਨੇ ਸੱਚੇ ਸਤਿਗੁਰੂ ਜੀ ਆਪ ਜੀ ਨੇ ਸੰਗਤਾਂ 'ਤੇ ਅਪਾਰ ਕਿਰਪਾ ਕੀਤੀ ਹੈ। ਦਿੱਲੀ ਦੇ ਵਿੱਚ ਚੱਲ ਰਹੀ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਅੰਦਰ ਸਮੂਹ ਪੁਆਧ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ 7 ਜੂਨ ਤੋਂ ਲੜੀ ਵਾਰ ਭੁੱਖ ਹੜਤਾਲ ਆਰੰਭ ਕੀਤੀ ਸੀ। ਸੱਚੇ ਸਤਿਗੁਰੂ ਜੀਓ ਹਰ ਰੋਜ਼ ਸਵੇਰੇ ਇੱਕ ਜਥਾ ਭੁੱਖ ਹੜਤਾਲ 'ਤੇ ਬਹਿੰਦਾ ਹੈ ਅਤੇ ਸ਼ਾਮ ਨੂੰ ਸਮਾਪਤੀ ਹੁੰਦੀ ਹੈ। ਸੱਚੇ ਸਤਿਗੁਰੂ ਜੀ ਅੱਜ ਦੀ ਜਿਹੜੀ ਭੁੱਖ ਹੜਤਾਲ ਦੀ ਸੇਵਾ ਹੈ ਸਾਡੇ ਕਿਸਾਨ ਭਰਾ ਪਿੰਡ ਸੋਹਾਣੇ ਤੋਂ ਹਰ ਮਹੀਨੇ ਦੀ ਤਰ੍ਹਾਂ ਆਪਣੀ ਸੇਵਾ ਨਿਭਾਉਣ ਦੇ ਲਈ ਪਹੁੰਚੇ ਸਨ। ਸੱਚੇ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਭੁੱਖ ਹੜਤਾਲ ਦੀ ਸੇਵਾ ਨਿਭਾਈ ਹੈ। ਸੱਚੇ ਸਤਿਗੁਰੂ ਜੀ ਜਿਹੜੀਆਂ ਸੰਗਤਾਂ ਨੇ ਸੇਵਾ ਨਿਭਾਈ ਹੈ ਉਹਨਾਂ ਨੂੰ ਆਪ ਜੀ ਨੇ ਤੰਦਰੁਸਤੀ ਬਖਸ਼ੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ ਤਾਂ ਕਿ ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦੀ ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ। ਸੱਚੇ ਸਤਿਗੁਰੂ ਜੀਓ ਜਿਹੜੇ ਸਾਡੇ ਕਿਸਾਨ ਭਰਾ ਦਿੱਲੀ ਦੇ ਵਿੱਚ ਆਪਣੇ ਹੱਕ ਲੈਣ ਦੇ ਲਈ ਥਾਂ ਥਾਂ 'ਤੇ ਧਰਨੇ ਲਾ ਕੇ ਬੈਠੇ ਨੇ ਉਹਨਾਂ 'ਤੇ ਆਪ ਜੀ ਨੇ ਕਿਰਪਾ ਕਰਨੀ, ਉਹ ਜਲਦੀ ਤੋਂ ਜਲਦੀ ਆਪਣੀਆਂ ਮੰਗਾਂ ਮਨਵਾ ਕੇ ਖੁਸ਼ੀ ਖੁਸ਼ੀ ਆਪਣੇ ਬੱਚਿਆਂ ਦੇ ਕੋਲ ਘਰਾਂ ਨੂੰ ਪਰਤਣ। ਸੱਚੇ ਸਤਿਗੁਰੂ ਜੀਓ ਇਹਨਾਂ ਪ੍ਰੋਗਰਾਮਾਂ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਰੋਜ਼ ਦੀ ਤਰ੍ਹਾਂ ਬੀਬੀਆਂ ਜੀ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਹਨ। ਉਪਰੰਤ 6 ਪੌੜੀਆਂ ਆਨੰਦ ਸਾਹਿਬ ਉਪਰੰਤ ਕੀਰਤਨ ਹੋਇਆ। ਸੱਚੇ ਸਤਿਗੁਰੂ ਜੀ ਆਪ ਜੀ ਦੀ ਲਾਹੀ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਅਨੇਕਾਂ ਲਗਾਂ ਮਾਤਰਾਂ ਘੱਟ ਵੱਧ ਪੜੀਆਂ ਗਈਆਂ ਹੋਣਗੀਆਂ। ਅਣਜਾਣ ਬੱਚੇ ਬੱਚੀਆਂ ਸਮਝ ਕੇ ਮਾਫ ਕਰਨਾ ਜੀ ਅੱਗੇ ਵਾਸਤੇ ਸ਼ੁੱਧ ਬਾਣੀ ਸ਼ੁੱਧ ਸੇਵਾ ਦੀ ਦਾਤ ਬਖਸ਼ਣੀ ਆਪਸੀ ਪ੍ਰੇਮ ਪਿਆਰ ਇਤਫਾਕ ਬਖਸ਼ਣਾ ਜੀ ਨਗਰ ਕੀੜੀ ਸੁੱਖ ਵਰਤਾਉਣੀ ਪੰਥ ਨੂੰ ਚੜ੍ਹਦੀਆਂ ਕਲਾਂ 'ਚ ਰੱਖਣਾ ਜੀ ਸਾਰਾ ਹੀ ਪੁਆਧ ਇਲਾਕਾ ਇਸੇ ਤਰ੍ਹਾਂ ਕਿਸਾਨੀ ਸੰਘਰਸ਼ ਦੇ ਨਾਲ ਜੁੜਿਆ ਰਹੀ। ਸੱਚੇ ਸਤਿਗੁਰੂ ਜੀ ਹੁਣੇ ਆਪ ਜੀ ਕਰੋ ਕਿਰਪਾ ਕਰੋ ਰਹਿਮਤ ਭੁੱਖ ਹੜਤਾਲ ਖਤਮ ਕਰਨ ਦੀ ਆਗਿਆ ਕਰੋ। ਸ੍ਰੀ ਗੁਰਪ੍ਰਤ ਪਿਆਰੀ ਦੇਵ ਜਿਨ੍ਹਾਂ ਮਿਲਿਆ ਮੇਰਾ ਨਾਮ ਦਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ।